ट्रैक्टर की चाबी तेरी ज्यादा वड्डी नहीं है, है? कल स्टार्ट कर, फिर स्टार्ट कर। Hey guys, welcome back to the new episode. So, आज आप व्लॉग शुरू कर लगे हैं, शुरू कर लगे आप बड़े टाइम बाद, ठीक है। थोड़ा जहा बिजी रहा ही काम, वो चलो गल्लां बातें फिर करांगे। पहला तुसी ये देखो, अज आप आए हाँ कितने होर, अज आप व्लॉग शुरू कर रहे घर चो नहीं, अज आप आए कितने होर। सो तुहानू दसदे हैं, एक बार पहला उहदे नाल वीडियो बनाउण दी शुरू कीती सी आपां, पर वीडियो बनी नहीं सी। सो तुहानू नाल मिलाने हैं, नाले दिखाने हैं भी कौन आ। सो ये हैगा जी उन्हां दा पिंड, वेलकम ब्रो, वेलकम बैक, वेलकम है तुहाडा साडे चैनल दे उत्ते, एंड वेलकम है तुहाडा मेरा तुहाडे घर दे अंदर। सो ये हैगे जी साडे फ्रेंड निर्मल सिंह छीना, इन्हां दे पिंड आए असीं। की नाम पिंड दा? हर्षा छीना, हर्षा छीना विचला किला, विचला किला। सो पिंड कहदा रह गया हुण, ते सड़कां हो गईआं पक्कीआं सारीआं इत्थे, हैना। ये हुणे जे होया ना 2 सालां दे अंदर, आ साल दे विच विच होया सारा। चाह भी पी लो, चाह भी आपां आए हां पिंड दी चाह, पिंड दी चाह वेखो तुसीं। ये वीर पींदा शहर दी चाह, असीं बनाई इहनूं पिंड दी चाह, स्पैशल स्पैशल चाह बनाई है। चाह पीने नाले करदे तुहाडे नाल गल्लां बातां, नाले तुहानूं अपनी आपां फ्रेंडशिप जिहड़ी हुंदी ना यारी दोस्ती उहदी स्टोरी दसदे, आपां किद्दां मिले सी, की होया सी। इहदे नाल आपां वीडियो बनाउण दी पहलां वी कीती सी खणा, बट उह बणी नहीं सी क्योंकि वीडियो बनाउंदे बनाउंदे मैनूं फोन आ गया, मैनूं किते जाणा पिया सी। सो नाले वीर नूं बहुत बहुत मुबारकां, बाई जी हुणां ने फोन लिया, कित्थे फोन वीर जी हुणां ने फोन लिया, नवां ब्रांड न्यू फोन आईफोन 12 प्रो लैण दी इच्छा सी, लेकिन आपां इहनूं 12 चढ़ाता ही काम। इहदे काम है सारे, इसने कहा मैनूं, मैं तां 11 प्रो ते बैठा सी, इह प्रो दे बैठा ही। मैं कहा प्रो थोड़ा मतलब हैगा सी, प्रो वधिया वा, पर उह 11 दे पिछे, मैं कहा तूं 12 लै, 11 लै की करना। सो अगली वीडियो जिहड़ी ना आपां इहदे फोन च बना के वेहने आ, फिर वेखदे की फर्क है। बाकी धुप बहुत है, थल्ले ही जाणा बैटर रहेगा ना। चलो चलदे आ, नाले चाह पीने आ। ਕਿਹੜੀ ਭੈਂਸਾਂ ਦਾ ਦੁੱਧ ਹੈ? ਭੈਂਸਾਂ ਥੋੜ੍ਹੀ, ਉਹ ਤਾਂ ਗਾਂ ਵਾ, ਉਹ ਅੰਦਰ ਭੈਂਸਾਂ ਅੰਦਰ ਹੈਗੀ ਹੈ ਭੈਂਸਾਂ, ਮਤਲਬ ਉੱਥੋਂ ਦੁੱਧ ਆਇਆ ਤੇ ਸਿੱਧੀ ਚਾਹ ਬਣ ਗਈ। ਤੁਸੀਂ ਫਰੈਸ਼ਨੈਸ ਵੇਖੋ, ਪਿਓਰ ਇਹ ਹੈਗੀ। ਹਰਗੁਣ, ਹਰਗੁਣ ਹੈਲੋ ਕਰ, ਹੈਲੋ ਕਰੋ, ਬਾਈ ਕਰੋ ਹਰਗੁਣ। ਥੋੜ੍ਹੀ ਸ਼ਰਮਾ, ਜਦੋਂ ਮੈਂ ਘਰੇ ਆਇਆ ਸੀ ਨਾ, ਜਦੋਂ ਮੈਂ ਘਰੇ ਆਇਆ ਇਹਦੇ ਹੁਣ, ਤੇ ਆਉਂਦੇ ਕਹਿੰਦੀ ਕਿ ਅਸੀਂ ਵੈਸੇ ਮੈਂ ਹੈਗਾ ਤਾਇਆ ਵਾਂ, ਪਰ ਇਹ ਮੈਨੂੰ ਚਾਚੂ ਕਹਿੰਦੀ ਹੈ। ਚਲੋ ਕੋਈ ਨਹੀਂ, ਕਮਾਲ ਦੁਬਈ ਜਦੋਂ ਮੈਂ ਗਿਆ ਸੀ ਨਾ, ਇੱਦਾਂ ਦਾ ਸੀਨ ਸੀ ਦੁਬਈ, ਦੁਬਈ ਸੀਨ ਕੀ, ਦੁਬਈ ਫਰੇਮ ਹੈਗਾ ਸੀ, ਫਰੇਮ ਦੇ ਇੱਕ ਸਾਈਡ ਤੁਹਾਨੂੰ ਮਤਲਬ ਨਿਊ ਦੁਬਈ ਦਿਖਦੀ ਹੈ, ਫਰੇਮ ਦੇ ਦੂਜੀ ਸਾਈਡ ਤੁਹਾਨੂੰ ਦਿਖਦੀ ਓਲਡ ਦੁਬਈ, ਅਤੇ ਉਹ ਵਾਲਾ ਕੰਮ ਹੈ। ਇੱਕ ਸਾਈਡ ਪੂਰਾ ਵੀਰ ਦਾ ਡਿਵੈਲਪਡ ਪਿੰਡ ਹੈ, ਅਤੇ ਇੱਕ ਸਾਈਡ ਦੂਸਰਾ ਡਿਵੈਲਪਿੰਗ ਆ ਜੇਕਰ, ਹੈ ਨਾ। ਕਿਸੇ ਨੇ ਜੇ ਰੀਅਲ ਦੇਖਣਾ ਹੋਵੇ ਹਰਸ਼ਾ ਛੀਨਾ ਤਾਂ ਇੱਥੇ ਆ ਜੇ, ਡਿਵੈਲਪਡ ਦੇਖਣਾ ਹੋਵੇ ਤਾਂ ਪਰਲੀ ਸਾਈਡ ਚੱਲ ਜੇ ਕੋਠੇ ਤੋਂ। ਅਤੇ ਬਾਕੀ ਆਹ ਵੀਡੀਓ ਬਣ ਰਹੀ ਹੈ, ਬਣ ਰਹੀ ਹੁਣ ਇਹਦੇ ਫੋਨ 'ਚ, ਅਤੇ ਮੈਨੂੰ ਤਾਂ ਫਰਕ, ਤਾਂ ਮੈਨੂੰ ਵੀ ਨਹੀਂ ਪਤਾ, ਵੀਡੀਓ ਦਾ ਦੇਵਾਂਗੇ ਨਾ ਆਪਾਂ, ਫਿਰ ਦੇਖਾਂਗੇ ਕੀ ਕਲੈਰਿਟੀ ਦਾ ਕੋਈ ਫਰਕ ਆ ਰਿਹਾ ਕਿ ਐਵੇਂ ਪੈਸੇ ਖਰਚਾਤੇ ਆ। ਬਾਕੀ ਲੋਕਾਂ ਨੇ ਕੁੱਕੜੀਆਂ ਵੀ ਰੱਖੀਆਂ ਹੋਈਆਂ ਇੱਥੇ, ਜਿਹਨੂੰ ਤੱਕ ਆਂਡੇ ਦੇਵੇਗੀ ਦੇਵੇਗੀ, ਉਸ ਤੋਂ ਬਾਅਦ ਖਾਧੀ ਜਾਏਗੀ। ਆ ਗਿਆ ਇੱਕ ਹੋਰ ਹੀਰੋ, ਆ ਗਿਆ ਜਪ ਇੱਧਰ ਆ, ਇਹ ਸਾਡਾ ਹੀਰੋ ਨੰਬਰ 1 ਆ, ਇਸਦੇ ਕੰਮ ਹੈ ਸਾਰੇ। ਜਪ ਇਹ ਕੀ ਕੀ ਬਣਾਇਆ ਦੱਸੋ, ਕੀ ਕੀ ਬਣਾਇਆ ਦੱਸੋ, ਨਹੀਂ ਦੱਸਣਾ ਬਣਾਇਆ ਕਿੰਨੇ ਆ ਜਪ, ਕਿੰਨੇ ਹਾਂ ਆ ਵੀਡੀਓ ਬਣ ਗਈ, ਜਪ ਤੁਸੀਂ ਦੱਸੋ, ਜਪ ਦੱਸ ਕਿੰਨੇ ਬਣਾਇਆ। ਲੈ ਇਹ ਬਹੁਤ ਸ਼ੈਤਾਨ ਬੰਦਾ ਜੀ। ਸੋ ਬਾਕੀ ਹੁਣ ਤੁਹਾਨੂੰ ਥੋੜ੍ਹਾ ਜਿਹਾ ਦੱਸਦੇ ਹਾਂ ਕਿ ਨਿਰਮਲ ਬਾਰੇ ਦੱਸਦੇ ਹਾਂ ਕੌਣ ਹੈ। ਆਪਾਂ ਸਭ ਤੋਂ ਪਹਿਲਾਂ ਮਿਲੇ ਸੀ ਹਾਕੀ ਜਦੋਂ ਆਪਾਂ ਖੇਡਦੇ, ਮੈਂ ਹੈਗਾ ਸੀ ਸਕੂਲ ਦੇ ਵਿੱਚ, ਆਪਾਂ ਦੋਨੇ ਇੱਕੋ ਸਕੂਲ 'ਚ ਪੜ੍ਹੇ ਕੇਵੀ ਦੇ ਵਿੱਚ, ਅਤੇ 2008 ਦੇ ਵਿੱਚ, 2008 ਸੀ, 2008 'ਚ ਮਿਲੇ, 2008 'ਚ ਮਿਲੇ ਸੀ। ਇਹ ਮੇਰੇ ਤੋਂ ਇੱਕ ਕਲਾਸ ਜੂਨੀਅਰ ਸੀ, ਲੇਕਿਨ ਆਪਾਂ ਮਿਲੇ ਸੀ ਹਾਕੀ, ਆਪਾਂ ਟੀਮ ਹਾਕੀ ਦੀ ਪਹਿਲੀ ਵਾਰ ਸਕੂਲ 'ਚ ਬਣੀ ਸੀ,
ਤੇ ਮੈਂ ਉਦੋਂ ਖੇਡਦਾ ਸੀ ਤੇ ਇਹ ਹੈਗਾ ਸੀ ਗੋਲਕੀਪਰ ਹਾਂ ਵਧੀਆ ਹੈਲਮਟ ਸ਼ੈਲਮਟ ਪਾ ਕੇ ਵਧੀਆ ਕਿੱਟਾਂ ਕੁੱਟਾਂ ਲਾ ਕੇ ਬੋਲਰ ਰੋਕਦਾ ਹੁੰਦਾ ਸੀ ਇਹ ਬਣਿਆ ਸੀ ਗੋਲਕੀਪਰ ਤੇ ਉੱਥੇ ਸਾਡੀ ਦੋਸਤੀ ਬਣੀ ਸੀ ਤੇ ਅੱਜ ਹੋ ਗਏ ਆਪਾਂ ਨੂੰ ਕਿੰਨੇ ਕੁ ਸਾਲ ਹੋ ਗਏ 14 ਸਾਲ 14 ਸਾਲ ਹੋ ਗਏ ਤੇ ਆਪਣਾ ਭਰਾਵਾਂ ਵਰਗਾ ਪਿਆਰ ਹੈਗਾ ਬਹੁਤ ਵਧੀਆ ਮਤਲਬ ਪੂਰਾ ਫੈਮਿਲੀ ਦੇ ਵਿੱਚ ਆਉਣ ਜਾਣ ਵਿਆਹ ਸ਼ਾਦੀ ਆ ਸਭ ਸਭ ਮਤਲਬ ਜਿਵੇਂ ਰਿਸ਼ਤੇਦਾਰਾਂ ਨਾਲੋਂ ਵੱਧ ਵਰਤਦੇ ਆ ਹਾਂ ਤੇ ਜਦੋਂ ਮੇਰਾ ਵਿਆਹ ਹੋਇਆ ਸੀ ਤੇ ਮੇਰੇ ਵਿਆਹ ਲਈ ਜਿਹੜੀ ਗੱਡੀ ਸੀ ਨਾ ਉਹ ਇਹ ਚਲਾਈ ਲੈ ਗਿਆ ਸੀ ਪਟਿਆਲੇ ਤੱਕ ਤੇ ਚਲਾ ਕੇ ਵੀ ਲੈ ਕੇ ਆਇਆ ਸੀ ਚਲਾ ਕੇ ਵੀ ਇਹ ਲੈ ਕੇ ਆਇਆ ਸੀ ਨਿਊ ਭਾਬੀ ਨੂੰ ਘਰ ਲੈ ਕੇ ਆਇਆ ਸੀ ਹਾਂ ਤੇ ਚਲੋ ਬਹੁਤ ਵਧੀਆ ਸਾਡਾ ਪਿੰਡ ਦੀ ਇੱਕ ਖਾਸੀਅਤ ਹੈ ਕਿ ਬਾਈਪਾਸ ਤੋਂ ਹੈਗਾ 12 ਕਿਲੋਮੀਟਰ ਦੂਰ ਤੇ ਤਕਰੀਬਨ ਸਵੇਰੇ 6 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਬੱਸ ਸਰਵਿਸ ਆ ਏਅਰਪੋਰਟ ਇੱਥੋਂ ਸਿਰਫ ਹਾਰਡਲੀ 4 ਕਿਲੋਮੀਟਰ ਦੂਰ ਆ ਤੇ ਹਰਿਮੰਦਰ ਸਾਹਿਬ ਕੋਈ 20 ਕਿਲੋਮੀਟਰ ਦੂਰ ਆ ਤੇ ਤੂੰ ਤੇ ਐਂ ਦੱਸ ਰਿਹਾ ਜਿੱਥੇ ਇੱਥੇ ਕਿੰਨੇ ਰਹਿਣਾ ਹੁੰਦਾ ਵਾ ਵੇਖੋ ਜੀ ਸਾਡਾ ਪਿੰਡ ਇਹਦਾ ਦੇਖਣਾ ਜਿੰਨੇ ਵੀ ਵੇਖੋ ਵੀਡੀਓ ਵੇਂਦੇ ਨੇ ਇਸ ਪਿੰਡ ਬਾਰੇ ਮੈਂ ਆਪਣੇ ਪਿੰਡ ਦੀ ਬਹੁਤ ਜ਼ਿਆਦਾ ਸਿਫਤ ਤਾਂ ਕਰ ਰਿਹਾ ਹਾਂ ਕਿ ਸਾਨੂੰ ਮੇਰਾ ਪਿੰਡ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਹੈ ਬਹੁਤ ਪਿਆਰਾ ਬਿਲਕੁਲ ਨੇੜੇ ਗੁਰਦੁਆਰਾ ਸਾਹਿਬ ਨੇ ਘਰ ਦੇ ਬੈਕ ਸਾਈਡ ਤੇ ਬਿਲਕੁਲ ਸਾਹਮਣੇ ਨੂੰ ਕੀ ਸਾਡੇ ਪ੍ਰੇਮ ਰੱਖਦੇ ਨੇ ਇਹ ਚਾਜ ਕੁਝ ਪਾ ਕੇ ਤਾਂ ਨਹੀਂ ਦਿੱਤਾ ਸੀ ਇਹਨੂੰ ਭਾਜੀ ਥੋੜੀ ਸ਼ਤਾਨੀ ਬਾਤ ਕਰਦੇ ਨੇ ਇਹ ਸਾਡੇ ਸ਼ੈਤਾਨ ਆਦਮੀ ਨੇ ਇੱਟਾ ਚੋਈ ਚੋ ਗੱਸਿਆ ਕੇ ਛੁੱਟੀ ਜਾਂਦਾ ਜੀ ਓਏ ਉਹਦਾ ਨਹੀਂ ਇਹਨੇ ਵੇਖੋ ਸ਼ਤਾਨੀ ਕੋ ਨਾ ਉਹ ਕਰੀ ਜਾਣੀ ਹੈ ਇਹਨੇ ਹਟਣਾ ਨਹੀਂ ਹੈ ਜਾ ਲੈ ਕੇ ਜਾ ਜ਼ੋਰ ਦੀ ਮਾਰੀ ਹੁਣ ਪੈਰ ਤੇ ਨਾ ਮਾਰ ਲਈ ਏ ਏ ਏ ਏ ਆ ਚੈੱਕ ਕਰੋ ਦੇਖੋ ਪਾਵਰ ਮੈਨ ਪਾਵਰ ਆ ਦੇਖ ਲਓ ਉਹ ਮੈਨੂੰ ਤਾਂ ਲੱਗਦਾ ਸੀ ਤੂੰ ਆਮ ਆਦਮੀ ਪਾਰਟੀ ਤੋਂ ਕਾਲੀਆਂ ਦਾ ਝੰਡਾ ਰੱਖਿਆ ਵਾ ਕੰਮ ਵੇਖ ਲਓ ਮੁੰਡਿਆਂ ਦੇ ਝੰਡੇ ਸਾਰਿਆਂ ਦੇ ਲਓ ਵੋਟ ਇੱਕ ਨੂੰ ਪਾਓ ਬਾਕੀ ਆਪਾਂ ਵੀਡੀਓ ਬਣਾਈ ਸੀ ਵੀਡੀਓ ਬਣਾ ਕੇ ਕੰਪੇਅਰ ਕੀਤਾ ਇਹਦੇ ਫੋਨ 'ਚ ਵੀਡੀਓ ਬਣਦੀ ਜ਼ਿਆਦਾ ਵਧੀਆ ਇਸ ਕਰਕੇ ਆਪਾਂ ਇਸੇ 'ਚ ਬਣਾ ਰਹੇ ਬਾਅਦ 'ਚ ਕਰਾ ਲਾਂਗੇ ਏਅਰ ਡ੍ਰੌਪ ਸੋ ਬਾਕੀ ਹਾਂ ਅੱਜ ਆਪਾਂ ਆਏ ਗਏ ਮੈਂ ਤੁਹਾਨੂੰ ਇਹ ਦੱਸਦਾ ਮੈਂ ਆਇਆ ਕਿਉਂ ਅੱਜ ਦੇ ਪਿੰਡ ਕਾਰਨ ਇਹ ਸੀ ਕਿ ਅੱਜ ਮੈਂ ਦੇਣ ਆਇਆ ਆਪਣਾ ਪਜਾਮਾ ਕੁੜਤਾ ਸੀਣਾ ਸੋ ਮੈਨੂੰ ਕੋਈ ਲੱਭ ਨਹੀਂ ਸੀ ਰਿਹਾ ਉੱਥੇ ਵਧੀਆ ਇੱਕ ਦੋ ਵਾਰ ਮੈਂ ਸਵਾਈ ਵੀ ਸੀ ਉੱਥੇ ਆਪਣੇ ਘਰ ਦੇ ਲਾਗੇ ਪਰ ਮੈਨੂੰ ਵਧੀਆ ਇੰਨੀ ਫਿਟਿੰਗ ਨਹੀਂ ਸੀ ਸੋ ਇਹ ਰੈਗੂਲਰ ਪਜਾਮੇ ਕੁੜਤੇ ਪਾਉਂਦਾ ਹੈ ਤਾਂ ਮੈਂ ਇਹਨੂੰ ਪੁੱਛਿਆ ਇਹਨੇ ਮੈਨੂੰ ਦੱਸਿਆ ਕਿ ਇੱਥੇ ਆ ਕੇ ਟਰਾਈ ਕਰਤੇ ਆਪਾਂ ਆਏ ਹਾਂ ਅਤੇ ਜੇ ਤੈਨੂੰ ਵਧੀਆ ਸੀਤਾ ਫਿਰ ਵੀਡੀਓ ਬਣਾਵਾਂਗੇ ਬਿਲਕੁਲ ਬਿਲਕੁਲ ਉਹਦੀ ਦੁਕਾਨ ਦੀ ਬਣਾਵੇ ਤੁਹਾਨੂੰ ਦੱਸਾਂਗੇ ਵੀ ਕਿੱਥੋਂ ਸਵਾਇਆ ਜੇ ਨਹੀਂ ਤਾਂ ਫਿਰ ਚੁੱਪਚਾਪ ਲੈ ਜਾਵਾਂਗੇ ਨਹੀਂ ਵਧੀਆ ਸੀ ਵਧੀਆ ਸੀ ਬੋਗਾ ਮੈਂ ਕੋਈ ਤਕਰੀਬਨ 3-4 ਸਾਲ ਤੋਂ ਸਵਾ ਰਿਹਾ ਹਾਂ ਬਹੁਤ ਵਧੀਆ ਜੇ ਵਧੀਆ ਨਹੀਂ ਸੀਤਾ ਤੇ ਆਪਾਂ ਪੈਸੇ ਨਹੀਂ ਦੇਣੇ ਬਾਈ ਜੀ ਹੁਣੀ ਪੈਸੇ ਦੇਣਗੇ ਨੋ ਕੋਈ ਇਸ਼ੂ ਨਹੀਂ ਉਹ ਪੈਸੇ ਲੈਂਦਾ ਵੀ ਨਹੀਂ ਆਪਾਂ ਪੈਸੇ ਦੀ ਟੈਨਸ਼ਨ ਨਹੀਂ ਬਾਕੀ ਅਸੀਂ ਵਪਾਰ ਬਹੁਤ ਕੀਤਾ ਹੈ ਸਹੀ ਗੱਲ ਕੁਛ ਲੈ ਜਾਇਆ ਕਰਾਂਗੇ ਕੁਛ ਕੱਲ ਦਿਆ ਕਰਾਂਗੇ ਫੋਨ ਦਾ ਵਪਾਰ ਆਪਾਂ ਸ਼ੁਰੂ ਕੀਤਾ ਸੀ ਫੋਨ ਦਾ ਸ਼ੁਰੂ ਕੀਤਾ ਸੀ ਸਭ ਤੋਂ ਪਹਿਲਾਂ ਫੋਨ ਦਾ ਸ਼ੁਰੂ ਕੀਤਾ ਕਾਲਜ ਦਾ ਬੜਾ ਕਰਦੇ ਹੁੰਦੇ ਸੀ 1000 ਦਾ ਫੋਨ ਹੋਣਾ ਮੈਨੂੰ ਫੜਾ ਕੇ ਜਾਣਾ 100-250-60 ਰੁਪਏ ਕੱਢ ਦਿੰਦੇ ਸੀ ਆਪਾਂ 100 ਇਹਨੇ ਰੱਖ ਲੈਣ 100 ਮੈਂ ਰੱਖ ਲੈਣੇ ਨਹੀਂ ਮਤਲਬ ਵੇਚਦੇ ਨੇ ਕੋਈ ਐਕਚੁਅਲੀ ਹੁੰਦਾ ਕੀ ਸੀ ਕਿ ਉਦੋਂ ਪਿੰਡਾਂ ਦੇ ਵਿੱਚ ਮੋਬਾਈਲ ਦਾ ਕ੍ਰੇਜ਼ ਨਵਾਂ-ਨਵਾਂ ਸ਼ੁਰੂ ਹੋਇਆ ਤੇ ਸ਼ਹਿਰੋਂ ਮਿਲ ਜਾਂਦੇ ਸੀ ਸਸਤੇ ਥੋੜੀ ਜਿਹੀ ਕਿ ਸ਼ਹਿਰਾਂ ਨੂੰ ਹੁੰਦਾ ਹੈ ਕਿ ਚਲੋ ਕੋਈ ਗੱਲ ਨਹੀਂ ਸਸਤੇ ਪਾਸ ਹੋ ਗਏ ਤੇ ਪਿੰਡਾਂ ਜਾ ਕੇ ਥੋੜੇ 2-4 ਸੌ ਕੱਢ ਲੈਂਦੇ ਕੁਝ ਇਹ ਰੱਖ ਲੈਂਦਾ ਸੀ ਕੁਝ ਮੈਂ ਰੱਖ ਲੈਂਦਾ ਸੀ ਤੇ ਕਿਉਂਕਿ ਕਾਲਜ ਦੇ ਟੈਗ ਸੀਗੇ ਕਾਲਜ ਪੜ੍ਹ ਦਿੰਦੇ ਹਾਂ ਕਾਲਜ ਪੜ੍ਹਦੇ ਖੱਚਾ ਬੱਚਾ ਨਿਕਲ ਜਾਂਦਾ ਸੀਗਾ ਦੋਵਾਂ ਦਾ 100-150 ਨਿਕਲ ਜਾਂਦੇ ਵਧੀਆ ਬਾਕੀ ਫਿਰ ਆਪਾਂ ਕਾਲਜ ਆਏ ਕਾਲਜ ਪਰ ਇਹਨੇ ਛੱਡਤਾ ਸੀ ਮੈਂ 1 ਸਾਲ ਕੀਤੀ ਸੀ ਬੀਕਾਮ ਬਾਅਦ ਮੈਂ ਬੀਬੀ ਦੀ ਡੀਪੀ ਤੋਂ ਮੈਂ ਇਹਦਾ ਫਿਰ ਮਨ ਉੱਠ ਗਿਆ ਫਿਰ ਉਸ ਤੋਂ ਬਾਅਦ ਚੱਲ ਗਿਆ ਸੀ ਜੌਬ ਕਰਨ ਉਹ ਵੀ ਕਾਲ ਸੈਂਟਰ ਥੋੜਾ ਜਿਹਾ ਕੀਤੀ ਹਾਂ ਮੈਂ 3 ਮਹੀਨੇ ਕਾਲ ਸੈਂਟਰ ਕੀਤੀ ਆ ਕੋਚਰ ਇਨਫੋਟੈਕ ਦੇ ਵਿੱਚ ਰਣਜੀਤ ਐਵਨਿਊ ਉਸ ਤੋਂ ਬਾਅਦ ਫਿਰ ਸਾਲ ਇੱਕ ਮੈਂ ਤੂੰ ਯਾਰ ਜ਼ਿਆਦਾ ਐਕਸਪਲੇਨ ਨਹੀਂ ਕਰਨ ਲੱਗ ਜਾਂਦਾ ਹੈ ਪੂਰਾ ਦੱਸਣ ਲੱਗ ਜਾਂਦਾ ਹੈ ਮੈਂ ਸਾਲ ਇੱਕ ਰਣਜੀਤ ਐਵਨਿਊ ਤੋਂ ਬਾਅਦ ਸਾਲ ਇੱਕ ਮੈਂ ਮੰਡੀ ਗੋਬਿੰਦਗੜ੍ਹ ਸਰੀਏ ਦੇ ਲਾਈਨ 'ਚ ਕੀਤਾ ਕੰਮ ਉਹ ਤੋਂ ਬਾਅਦ ਜੀਜਾ ਜੀ ਦਾ ਸਾਡੇ ਟਰਾਂਸਪੋਰਟ ਦਾ ਕੰਮ ਹੀ ਉਹਨਾਂ ਨਾਲ ਰਲ ਕੇ ਪਾਰਟਨਰਸ਼ਿਪ ਤੇ ਫਿਰ ਮੈਂ ਗੱਡੀਆਂ ਪਾ ਲਈਆਂ ਤੇ ਹੁਣ ਵੀਰ ਹੁਣੀ ਵੱਜਦੇ ਨੇ ਟਰਾਂਸਪੋਰਟ ਜੀ ਹੁਣ ਵਾਕੇ ਵੱਜ ਗਈ ਹੈ ਕਿਉਂਕਿ ਟਰਾਂਸਪੋਰਟ ਦਾ ਕੰਮ ਵੀ ਇਹ ਬੰਦ ਰਹਿ ਗਿਆ ਹੁਣ ਵੱਜਣ ਵਾਲਾ ਸਭ ਹੀ ਰਹਿ ਗਿਆ ਹੁਣ ਇਹ ਅਸਲ 'ਚ ਇਹਦਾ ਟਰਾਂਸਪੋਰਟ ਦਾ ਕੰਮ ਹੈ ਕਿਸੇ ਨੇ ਜੇ ਵਧੀਆ ਰੇਟ ਦੇ ਅੰਦਰ ਹਾਂ ਆਪਣਾ ਮਤਲਬ ਬਿਲਡਿੰਗ ਮਟੀਰੀਅਲ ਦਾ ਹੋਵੇ ਨਾ ਤੇ ਵਧੀਆ ਮਤਲਬ ਆਪਾਂ ਨੂੰ ਸਾਰੇ ਆਪਣਾ ਇਹਦੀ ਗੱਡੀ ਕ੍ਰੈਸ਼ਰ ਫਾਈਨ ਸੈਂਡ ਕੋਰ ਸੈਂਡ ਸੀਮੈਂਟ ਸਰੀਆ ਐਵਰੀਥਿੰਗ ਰਿਲੇਟਡ ਟੂ ਬਿਲਡਿੰਗ ਮਟੀਰੀਅਲ ਹਾਂ ਤੇ ਇਹ ਅੱਜ ਦਾ ਯੂਆ ਹੈ ਅੱਜ ਦਾ ਟਰਾਂਸਪੋਰਟ ਇੰਗਲਿਸ਼ ਵੀ ਬੋਲ ਲੈਂਦਾ ਹੈ ਕਿੱਥੇ ਜਾਣਾ ਗੁੱਸਾ ਹੋ ਗਈ ਬਾਕੀ ਇੱਕ ਚਲੋ ਇੱਕ ਪੰਜਾਬ ਦੇ ਵਿੱਚ ਤੀਜੀ ਧਿਰ ਭਗਵੰਤ ਮਾਨ ਜੀ ਦੇ ਹੇਠ ਜਿਹੜੀ ਸਰਦਾਰ ਭਗਵੰਤ ਮਾਨ ਜੀ ਨੂੰ ਸੀਐਮ ਬਣਨ 'ਤੇ ਬਹੁਤ ਬਹੁਤ ਵਧਾਈਆਂ ਸਾਰੇ ਪੰਜਾਬ ਵਾਸੀ ਨੂੰ ਵਧਾਈਆਂ ਅਸੀਂ ਪੂਰੀ ਆਸ ਰੱਖਦੇ ਹਾਂ ਕਿ ਤੀਜੀ ਧਿਰ ਜਿਹੜੀ ਹੈ ਲੋਕਾਂ ਨੇ ਪਸੰਦ ਕੀਤੀ ਆ 92 ਸੀਟਾਂ ਲੈ ਕੇ ਗਏ ਆ ਅਤੇ ਬਹੁਤ ਵਧੀਆ ਬੈਟਰ ਕੰਮ ਕਰਨਗੇ ਉਹਨਾਂ ਦੋਵਾਂ ਨਾਲ ਪਾਰਟੀਆਂ ਨਾਲੋਂ ਐਕਚੁਅਲੀ ਦੋਵਾਂ ਪਾਰਟੀਆਂ ਤੰਗ ਹੋ ਕੇ ਤਾਂ ਤੀਜੀ ਧਿਰ ਨੂੰ ਲੋਕਾਂ ਨੇ ਪਸੰਦ ਕੀਤਾ ਉਹ ਵੀ ਐਡੇ ਵਧੀਆ ਤਰੀਕੇ ਨਾਲ ਐਡਾ ਵਧੀਆ ਇੱਕ ਤਰਫਾ ਕੀਤਾ ਅਤੇ ਪੂਰੀ ਆਸ ਰੱਖਾਂਗੇ ਮੈਂ ਵੀ ਵੈਸੇ ਤਾਂ ਆਮ ਪਾਰਟੀ ਤੋਂ ਹੀ ਬਿਲੋਂਗ ਕਰਦੇ ਹਾਂ
ਸ਼ੁਰੂ ਤੋਂ ਰਹੇ ਤੇ ਕਾਲੀਏ ਪਰ ਥੋੜਾ ਜਿਹਾ ਕੀ ਚੇਂਜ ਕੀਤਾ ਖੁਦ ਅਸੀਂ ਚੇਂਜ ਸਾਰਿਆਂ ਨੇ ਚੇਂਜ ਕੀਤਾ ਤਕਰੀਬਨ ਅਰਕੀ ਜਿੱਦਾਂ ਤੁਹਾਨੂੰ ਦਿਖਾਇਆ ਝੰਡਾ ਇਹਨੇ ਰੱਖਿਆ ਸੀ ਪਰ ਵੋਟ ਆਮ ਆਦਮੀ ਪੈਰ ਕੀ ਸਾਰੇ ਚ ਇਹੋ ਹੈ ਨਾ ਲੋਕਾਂ ਨੇ ਪੈ ਮਤਲਬ ਜੋ ਵੀ ਜਿੱਦਾਂ ਵੀ ਹੁੰਦਾ ਵਾ ਲੈ ਦੇ ਕੇ ਵੀ ਸਾਰਿਆਂ ਨੇ ਵੋਟ ਉੱਧਰ ਹੀ ਪਾਈ ਹੈ ਬਿਲਕੁਲ ਬਿਲਕੁਲ ਚਾਹੇ ਕਿਸੇ ਨੇ ਲਿਆ ਵਾ ਜਾਂ ਨਹੀਂ ਲਿਆ ਬਟ ਅੰਦਰ ਖਾਤੇ ਇਸ ਵਾਰ ਲੋਕਾਂ ਨੇ ਵਾਕਈ ਜਗਦੀ ਜ਼ਮੀਰ ਦਾ ਕੰਮ ਕੀਤਾ ਵਾ ਠੀਕ ਹੈ ਅਸੀਂ ਇਹ ਪੂਰੀ ਆਸ ਰੱਖਾਂਗੇ ਕਿ ਵਧੀਆ ਕੰਮ ਕਰਨ ਹੋਸਪਿਟਲ ਹਰ ਇੱਕ ਚੀਜ਼ ਮਤਲਬ ਗੋ ਥਰੂ ਹੋਵਾਂਗੇ ਮਤਲਬ ਵਧੀਆ ਤਰੀਕੇ ਨਾਲ ਆਪਾਂ ਆਸ ਰੱਖਦੇ ਕਿ ਗੁਰੂ ਰਾਮਦਾਸ ਜੀ ਆਪਣੇ 'ਤੇ ਕਿਰਪਾ ਕਰਨ ਸਾਡੇ 'ਤੇ ਬਹੁਤ ਕਿਰਪਾ ਕਰਨ ਕਿ ਜੇ ਅਸੀਂ ਵਧੀਆ ਕੰਮ ਕਰੀਏ ਅਤੇ ਲੋਕਾਂ ਕੋਲ ਗਾਂ ਫਿਰ ਹੀ ਵੋਟ ਮੰਗਾਂਗੇ ਕਿਉਂਕਿ ਭਗਵੰਤ ਮਾਨ ਜੀ ਨੇ ਇੱਕ ਹੀ ਗੱਲ ਕਹੀ ਜੇ ਕੰਮ ਕਰਾਂਗੇ ਤਾਂ ਵੋਟ ਦਿਓ ਮੇਰੇ ਤੁਹਾਡੇ ਕੋਲ ਵੋਟ ਲੈਣੀ ਨਹੀਂ ਤਾਂ ਵੋਟ ਲੈਣ ਨਹੀਂ ਆਉਣਾ ਹਾਂ ਜਿਹੜੇ ਵੀ ਸਾਡੇ ਵਲੰਟੀਅਰਸ ਨੇ ਜਾਂ ਸਾਡੇ ਉਮੀਦਵਾਰ ਜਿਹੜੇ ਜਿੱਤ ਚੁੱਕੇ ਨੇ ਜਾਂ ਜਿਹੜੇ ਨਹੀਂ ਵੀ ਜਿੱਤੇ ਪਰ ਉਹ ਉਹਨਾਂ ਨੇ ਇੱਕ ਹੀ ਗੱਲ ਕਹੀ ਹੈ ਕਿ ਸਾਰਿਆਂ ਦਾ ਕੰਮ ਹੋਊਗਾ ਕਿਸੇ ਨੂੰ ਕੋਈ ਵੀ ਨਿਰਾਸ਼ ਹੋਣ ਦੀ ਲੋੜ ਨਹੀਂ ਹੈ ਕੋਸ਼ਿਸ਼ ਕਰਾਂਗੇ ਕਿ ਕੰਮ ਜ਼ਿਆਦਾ ਜਲਦੀ ਤੋਂ ਜਲਦੀ ਡੇ ਬਾਈ ਡੇ ਕਰੀਏ ਕੋਈ ਲੌਂਗ ਟਾਈਮ ਨਾ ਪਈਏ ਕਿਉਂਕਿ ਲੌਂਗ ਟਾਈਮ ਪਹਿਲਾਂ ਬਹੁਤ ਪੈ ਚੁੱਕਿਆ ਵਾ ਅਤੇ ਇਸੇ ਆਸ ਨਾਲ ਅਸੀਂ ਸਾਰਿਆਂ ਨੇ ਵੋਟਾਂ ਪਾਈਆਂ ਤੁਸੀਂ ਵੀ ਪਾਈ ਮੈਂ ਵੀ ਵੋਟ ਪਾਈ ਹੈ ਅਤੇ ਬਾਕੀ ਬਾਈ ਜੀ ਹੁਣ ਦੱਸਣਗੇ ਹੁਣ ਬਾਕੀ ਦੱਸਣਾ ਕਿ ਇਹਨੇ ਸਾਰਾ ਕੁਝ ਦੱਸਤਾ ਅਤੇ ਤੁਹਾਨੂੰ ਪਤਾ ਲੱਗ ਹੀ ਗਿਆ ਹੈਗਾ ਕਿ ਇਹ ਇੰਨੀ ਲੰਮੀ ਗੱਲਾਂ ਮੇਰੇ ਤੋਂ ਨਹੀਂ ਹੁੰਦੀਆਂ ਆਹ ਵੀਡੀਓ ਬਣਾਉਣ 'ਚ ਉਹਨਾਂ ਟਾਈਮ ਨਹੀਂ ਲੱਗਣਾ ਜਿਹਨੇ ਐਡਿਟ ਕਰਕੇ ਲੱਗਣਾ ਵੀਰ ਮੈਨੂੰ ਕੱਟਣਾ ਬੜਾ ਕੁਝ ਪੈਣਾ ਵਾ ਤੂੰ ਭਾਵੁਕ ਹੋ ਜਾਂਦਾ ਬਣਾਉਂਦਾ ਬਣਾਉਂਦਾ ਚੱਲ ਕੋਈ ਨਾ ਵਧੀਆ ਵਾ ਚਲੋ ਠੀਕ ਤੂੰ ਉਹਨੂੰ ਕੁੱਟਦਾ ਵਾ ਚੈੱਕ ਕਰ ਤੈਨੂੰ ਕੀ ਆ ਆ ਚੈੱਕ ਕਰੋ ਅੱਜ ਦੇ ਬੱਚੇ ਕੀ ਹੋ ਗਿਆ ਤੈਨੂੰ ਹੈਂ ਕੀ ਹੋਇਆ ਮੈਂ ਇੱਥੋਂ ਅੰਦਾਜ਼ਾ ਲਾ ਸਕਦਾ ਨਿਰਮਲ ਵੀ ਇੱਦਾਂ ਕਰਦਾ ਹੋਏਗਾ ਨਿੱਕਾ ਹੁੰਦਾ ਹਾਂ ਤੂੰ ਵੀ ਇੱਦਾਂ ਕਰਦਾ ਹਾਂ ਹੈਲੋ ਇੱਧਰ ਮੇਰੀ ਗੱਲ ਸੁਣ ਹੈਲੋ ਗੱਲ ਹੈਲੋ ਇਹ ਥੋੜਾ ਜਿਹਾ ਗੁੱਸੇਖੋਰ ਜ਼ਿਆਦਾ ਵਾ ਇਹ ਗੁੱਸੇ ਵਾਲਾ ਜ਼ਿਆਦਾ ਵਾ ਉਹ ਹੈਗੀ ਸ਼ਾਂਤ ਉਹ ਇਹਨੂੰ ਛੇੜ ਕੇ ਨਿਕਲ ਜਾਂਦੀ ਹੈ ਤੇ ਪਿੱਛੇ ਰੋਂਦਾ ਫਿਰ ਸ਼ਾਇਦ ਕੜਿਆ ਸੀ ਕਿ ਵਿਆਹ ਜਾਣਾ ਸੀ ਕਿਤੇ ਜਾਣਾ ਉਦੋਂ ਇਹੋ ਹੁੰਦਾ ਸੀ ਉਦੋਂ ਦੇਖੋ ਐਕਚੁਅਲੀ ਗੱਲ ਇਹ ਕਿ ਜਿਹੜੀ ਹੁੰਦਾ ਸੀ ਤੂੰ ਮੈਨੂੰ ਟੱਚ ਵਾਲਾ ਦੇ ਦੇ ਹੁੰਦਾ ਜਿਹਦੇ ਕੋਲ ਟੱਚ ਹੁੰਦਾ ਸੀ ਜਾਂ ਮੇਰੇ ਕੋਲ ਟੱਚ ਹੁੰਦਾ ਸੀ ਤੇ ਕੋਈ ਪਟਨਾ ਵਾਲਾ ਇਦਾਂ ਆਪਾਂ ਕੋਈ ਚੇਂਜ ਕਰ ਲੈਨੇ ਨਹੀਂ ਤੇ ਇੱਕ ਹੈ ਕਿ ਪਹਿਲਾਂ ਸੀਗੀ ਯਾਰੀ ਇਸ ਤਰ੍ਹਾਂ ਦੀ ਕਿ ਮਤਲਬ ਸਮਾਂ ਖੁੱਲਾ ਹੁੰਦਾ ਸੀਗਾ ਤੇ ਕੋਈ ਦਿਮਾਗ 'ਤੇ ਪ੍ਰੈਸ਼ਰ ਨਹੀਂ ਸੀਗੀ ਟੈਨਸ਼ਨ ਨਹੀਂ ਹੁਣ ਕਾਰੋਬਾਰ ਦੀ ਟੈਨਸ਼ਨ ਕੁਛ ਵਪਾਰਕ ਕੁਝ ਵੈਸੇ ਤੇ ਹੁਣ ਥੋੜਾ ਟਾਈਮ ਸੀਮਿਤ ਜਿਹਾ ਹੁੰਦਾ ਵਾ ਇਹਦੇ ਕੋਲ ਸੀਮਿਤ ਹੁੰਦਾ ਵਾ ਜੋਬ ਦੇ ਵਿੱਚ ਜੋਬ 'ਚ ਹੁੰਦੇ ਬਾਕੀ ਚਲੋ ਯਾਰੀ ਦੋਸਤੀ ਆ ਰੱਬ ਨੇ ਦਿੱਤੀ ਆ ਇਨਸਾਨ ਨੇ ਇੱਕ ਦੂਜੇ ਨੇ ਨਿਭਾ ਇਹ ਤਾਂ ਨਿਭਾਉਣੀ ਬਣੀ ਆ ਪਿਆਰ ਹੋਊਗਾ ਤਾਂ ਨਿਭੂਗੀ ਜੇ ਆਪਾਂ ਕਿਸੇ ਛੋਟੀ ਛੋਟੀ ਗੱਲਾਂ ਤੋਂ ਜਾਂ ਕੁਛ ਗੱਲਾਂ ਤੋਂ ਕੋਈ ਲੜ ਪਈਏ ਜਾਂ ਝਗੜੀ ਫਿਰ ਉਹ ਪਿਆਰ ਪਿਆਰ ਨਹੀਂ ਰਹਿੰਦਾ ਉਹ ਫਿਰ ਫੋਰਮੈਲਿਟੀ ਹੋ ਜਾਂਦੀ ਬਾਕੀ ਸਾਡਾ ਇੱਕ ਸੀਨ ਇੱਦਾਂ ਦਾ ਹੋਇਆ ਸੀ ਕਿ ਇਹਨੇ ਮੈਨੂੰ ਦਿੱਤੇ ਹੀ ਪੈਸੇ ਹਾਂ ਹੈ ਨਾ ਇਹਨੇ ਅਕਾਊਂਟ 'ਚ ਪਾਏ ਸੀ ਪੈਸੇ ਆਹ ਫੋਨ ਦੀ ਸਟੋਰੀ ਦੱਸਦਾ ਫੋਨ ਕਿੱਥੋਂ ਆਇਆ ਸੀ ਇਹਨੇ ਪਾਏ ਸੀ ਮੇਰੇ ਅਕਾਊਂਟ 'ਚ ਪੈਸੇ ਕਿੰਨੇ ਸੀ ਕੋਈ 55-60 ਹਜ਼ਾਰ ਰੁਪਏ 55-60 ਹਜ਼ਾਰ ਸੀ ਕੁਛ ਮੈਂ ਆਪਣੀ ਗੱਡੀ ਕੋਲ ਮਤਲਬ ਕਿਰਾਇਆ ਮਿਲਿਆ ਸੀ ਮੇਰੀ ਗੱਡੀ ਤੋਂ ਕਲਕੱਤੇ ਖਾਲੀ ਹੋਈ ਸੀ ਅਤੇ ਉਹ ਮੈਂ ਕਿਰਾਇਆ ਇਹਦੇ ਐਕਸਿਸ ਬੈਂਕ 'ਚ ਖਾਤਾ ਸੀ ਕਿ ਤੂੰ ਕਹਿੰਦਾ ਭਾਅ ਜੀ ਐਕਸਿਸ 'ਚ ਪਾ ਲਓ ਮੈਂ ਕਿਉਂਕਿ ਹੁਣ ਭਰਾ ਹੈ ਇੰਨਾ ਕਿਤੇ ਕਰ ਹੀ ਸਕਦੇ ਇਹਨੇ ਮੈਨੂੰ ਵਿਸ਼ਵਾਸ ਕੀਤਾ ਸੀ ਪਰ ਇਹਨੇ ਮੈਨੂੰ ਧੋਖਾ ਦਿੱਤਾ ਬਾਅਦ 'ਚ ਮੈਂ ਅਗਲੇ ਦਿਨ ਪੈਸੇ ਕਢਾ ਕੇ ਨਵਾਂ ਫੋਨ ਲੈ ਆਇਆ ਇਹ ਜਿਹੜਾ ਫੋਨ ਤੋਂ ਵੀਡੀਓ ਬਣਾਉਣਾ ਮੈਂ ਹੀ ਦੇ ਅਸਲ 'ਚ ਮਤਲਬ ਮੇਰੇ ਪੈਸੇ ਤਾਂ ਆਇਆ ਇਹਦੇ ਪੈਸੇ ਪਰ ਮੋੜ ਤੇ ਹੀ ਛੇਤੀ ਮੋੜ ਤੇ ਹੀ ਤੇ ਸੀਨ ਇਹਨੇ ਵੀ ਖਰਾਬ ਕੀਤਾ ਇੱਕ ਵਾਰ ਮੈਂ ਦਿੱਲੀ ਰਹਿੰਦਾ ਮੈਂ ਉਦੋਂ iPhone 6 ਲਿਆ ਸੀ 64 GB ਮੈਂ ਆਇਆ ਉੱਥੋਂ ਤੇ ਮੈਂ ਇੱਥੇ ਆ ਕੇ ਵੇਚਤਾ ਇਹਨੂੰ ਦਿੱਤਾ ਸੀ ਕਹਿੰਦਾ ਪੈਸੇ ਦੇ ਦਾਂਗਾ ਇਹਨੇ ਮੈਨੂੰ ਮਹੀਨਾ ਪੈਸੇ ਨਹੀਂ ਦਿੱਤੇ ਸੀ ਫਿਰ ਚੱਲ ਕੋਈ ਨਹੀਂ ਇਹਨੇ ਮਤਲਬ ਕਿਸ਼ਤਾਂ 'ਚ ਪੈਸੇ ਦਿੱਤੇ ਬਦਲਾ ਲਿਆ ਫਿਰ ਮੈਂ ਯਾਰ ਕਿ ਤੇਰੇ ਪੈਸੇ ਮੇਰੇ ਕੋਲ ਮੈਂ ਵੀ ਲਵਾਂ ਮੈਨੂੰ ਨਹੀਂ ਪਤਾ ਇਹਨੇ ਬਦਲਾ ਲੈਣਾ ਇੱਦਾਂ ਦੀ ਫਿਰ ਸਾਡੀਆਂ ਬੜੀਆਂ ਛੋਟੀਆਂ ਗੱਲਾਂ ਹਨਾ ਸਕੂਲ ਦੀਆਂ ਮਤਲਬ ਵਧੀਆ ਲੱਗਦਾ ਸਾਨੂੰ ਮਤਲਬ ਬਹੁਤ ਵਧੀਆ ਲੱਗਦਾ ਵਾ ਅਸਲ 'ਚ ਮੈਂ ਇੱਥੇ ਆਇਆ ਬਹਾਨੇ ਨਾਲ ਆ ਜਾਈਦਾ ਵਾ ਕਦੀ ਆਪਾਂ ਗੱਡੀ ਦੀ ਸਰਵਿਸ ਕਰਾਣੀ ਜਨਾਲੇ ਨਿਕਲ ਜਾਈਦਾ ਜਨਾਲੇ ਚੱਲਣਾ ਗੱਲਾਂ ਬਾਤਾਂ ਹੋ ਜਾਂਦੀਆਂ ਮੇਲ ਮਿਲਾਪ ਹੋ ਜਾਂਦਾ ਉਹਦਾ ਟਾਈਮ ਤੁਹਾਨੂੰ ਪਤਾ ਕਿੱਥੇ ਲੱਗਦਾ ਅੱਜ ਕੱਲ੍ਹ ਕੀ ਲੈਣਾ ਜੁਬ ਕੀ ਲੈਣਾ ਆਹ ਵਾਲਾ ਨਹੀਂ ਹੈਗਾ ਇਹ ਇੱਧਰ ਆ ਰਿਹਾ ਆ ਵੇਖੋ ਬੱਚੇ ਅੱਜ ਕੱਲ੍ਹ ਜੀ ਵੇਖੋ ਯੂਟਿਊਬ ਦੇ ਫੈਨ ਹੈ ਮੈਂ ਇਹਦੇ ਫੋਨ 'ਚ ਵੀਡੀਓ ਬਣਾ ਰਿਹਾ ਤੇ ਮੇਰਾ ਲੈ ਗਿਆ ਕਿ ਮੈਨੂੰ ਫੋਨ ਚਾਹੀਦਾ ਮੈਂ ਯੂਟਿਊਬ ਵੇਖਣਾ ਪਰ ਇੱਥੇ ਯਾਰ ਤੇਰੇ ਨੈਟ ਨਹੀਂ ਸੀ ਆ ਗਿਆ ਥੋੜਾ ਜਿਹਾ ਦਿੱਕਤ ਕਰਦਾ ਇੱਥੇ ਕੀ ਵੇਖਣਾ ਰੋਮਾ ਵੀਡੀਓਸ ਵੇਖੋ ਇਹੀ ਦੇਦਾ ਰੋਮਾ ਕਿਹੜੀ ਰੋਮਾ ਕੀ ਹੈ ਵੀਡੀਓਸ ਬੱਚੇ ਦੀ ਮਤਲਬ ਵੈਸੇ ਹੀ ਆ ਅੱਛਾ ਬੱਚੇ ਜੋ ਖੇਡਦੇ ਖੁੱਡਦੇ ਅੱਛਾ ਚੱਲ ਜਾਵੇ ਹੁਣ ਦੂਜੀ ਗੱਲ ਇਹ ਹੈ ਕਿ ਆਪਾਂ ਸਕੂਲ 'ਚ ਵੀ ਇੱਦਾਂ ਮਤਲਬ ਬੜੀਆਂ ਗੱਲਾਂ ਬਾਤਾਂ ਚੱਲਦੀ ਰਹੀਆਂ ਆਪਣੀਆਂ ਨਾ
ਇਕੱਠੇ ਰਿਸੈਸ ਦੇ ਵਿੱਚ ਚੁੰਗੀ ਖੇਡਦੇ ਨੇ ਆਪਾਂ ਚੁੰਗੀ ਹਾਂ ਚੁੰਗੀ ਹੁੰਦੀ ਚੁੰਗੀ ਬੜੀ ਜਲਦੀ ਹੁੰਦੀ ਜਦੋਂ ਯਾਦ ਹੈ ਦੱਸੋ ਮੈਨੂੰ ਕਿਸੇ ਨੂੰ ਪਤਾ ਨਹੀਂ ਰਬੜ ਦਾ ਟੈਰਾਂ ਨਾਲ ਕੱਟ ਕੱਟ ਕੇ ਛੋਟੀ ਛੋਟੀ ਟਿਊਬ ਕੱਟ ਕੱਟ ਕੇ ਨਾ ਐ ਕਰਕੇ ਉਹਨੂੰ ਚੁੰਗੀ ਖੇਡਦੇ ਹੁੰਦੇ ਚੁੰਗੀ ਸੀਜ਼ਨ ਚੱਲਦਾ ਹੁੰਦਾ ਫਿਰ ਕੰਚਿਆਂ ਦੇ ਤੁਹਾਡੇ ਚੱਲਦਾ ਕੰਚੇ ਚੁੰਗੀ ਚੱਲਦੀ ਆ ਨਹੀਂ ਚੱਲਦੀ ਸਾਡੇ ਟਾਈਮ 'ਚ ਕੰਚੇ ਤੇ ਚੁੰਗੀ ਚੱਲਦੀ ਅੱਜ ਕੱਲ੍ਹ ਬੱਚਿਆਂ ਦੀ ਯੂਟਿਊਬ ਚੱਲਦੀ ਆ ਬੜਾ ਵਧੀਆ ਸੀ ਫਿਰ ਸਾਈਕਲ ਤੇ ਇਕੱਠੇ ਆਣਾ ਕਿਹੜੀ ਕਲਾਸ 'ਚ ਫਸਟ ਟਾਈਮ ਆਇਆ ਨਹੀਂ ਨਾ ਫੋਰਥ ਤੇ ਆ ਗਿਆ ਫੋਰਥ ਕਿਹੜੀ ਕਲਾਸ 'ਚ ਆ 12th ਤੋਂ देखो मजाक कर दे बच्चे हैं मशकरियां बाकी पिछली बार जो मैं मिलिया जो इन्हें फोन लिया ब्लॉग बनाना आप शुरू किया गड्डी आया मैं लै गया आप ब्लॉग बनाना लिया चाबी तेरे को जावा फोन आ रहा है मैं ट्रांसपोर्ट जावा घरे बैठे सर जी का जरा मेनू तो ऑफिस जाना पैना वा लिया दे ना जावा पिस्तौल गैंग जप मिलाप साडियां गल्लां बातां इहदा की नाम मेल मिलाप वैसे चलता रहिंदा बट अज मैं सोचा जाए ते आपां वीडियो बना लईए पहला व्लॉग है इहदे नाल मेरा पहला व्लॉग है अपना व्लॉग आपां जिहड़ा इकट्ठे बना रहे वीडियो बंद ना होवे होवे सो आपां चलने जी घरे हुण मिलदे तुहानू अगली वीडियो दे विच जे वधिया लगी लाइक सबसक्राइब ते शेयर कर दो ते बहुत जल्द ये भी चैनल बना लाला अपना जरूर बनाएगा हाँ वीर सपोर्ट जरूर बनावे तो बाकी हम कल चल आनंदपुर साहब जी आही वीर जी जरा स्कूटी मांग रहे आ जो हमने निकलिया साढ़े तो स्कूटी मांग रहे मैं वो कहन लगा मैं कहेगा मैंने 10 मिनट हो गए गए हूँ तक कह रही भाई ने चल जाने गए नहीं स्कूटी भी नहीं दी लाइक शेयर ते कमेंट जरूर कर दो चैनल नू सबसक्राइब कर दो सबसक्राइब जरूर कर दो ते आस रखांगे बहुत वधिया जीवन बतीत करो साफ सुथरा खाओ पियो नज़ारे लो ते बाकी वीर जी हुणे चले कल आनंदपुर साहब होले महल्ले दे दर्शन वास्ते चलो ठीक है चलो ठीक है जी आपां चलदे हुण मिलदे तुहानू अगली वीडियो दे चौके गुड बाय लव यू टेक केयर